ਕੈਨੇਡਾ ਸਰਕਾਰ ਇੱਕ ਹੋਰ ਐਲਾਨ ਕਰਨ ਜਾ ਰਹੀ ਹੈ ਤੇ ਆਰਜ਼ੀ ਤੌਰ ਤੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੋਰ ਘੱਟ ਕੀਤੀ ਜਾਵੇਗੀ ਤੇ ਜੋ ਹੁਣ ਤੱਕ ਕਿਆਸ ਲਾਏ ਜਾ ਰਹੇ ਸਨ ਕਿ ਕਾਗਜ਼ਾਂ ਬਗੈਰ ਰਹਿ ਰਹੇ ਪ੍ਰਵਾਸੀਆਂ ਨੂੰ ਪੱਕੇ ਕਰਨ ਦੇ ਲਈ ਕੋਈ ਰਾਹ ਲਿਆਂਦਾ ਜਾਵੇਗਾ, ਅੱਜ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਇੱਕ ਬਿਆਨ ਨੇ ਅਜਿਹੀਆਂ ਉਮੀਦਾਂ ਤੇ ਵੀ ਪਾਣੀ ਫੇਰ ਦਿੱਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਮੀਡੀਆ ਅਦਾਰੇ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਅਜਿਹੇ ਪ੍ਰੋਗਰਾਮ ਜਿਨ੍ਹਾਂ ਉੱਤੇ ਕੋਈ ਕੈਪ ਨਹੀਂ ਸੀ ਉਹ ਇੱਥੇ ਛੇਤੀ ਬੰਦ ਹੋਣ ਜਾ ਰਹੇ ਨੇ, ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਜਿਨ੍ਹਾਂ ਕਿਹਾ ਕਿ ਇਹ ਉਮੀਦ ਵੀ ਨਹੀਂ ਰੱਖੀ ਜਾ ਸਕਦੀ ਕਿ ਇੱਕਦਮ ਬ੍ਰੇਕ ਲਾ ਦਿੱਤੇ ਜਾਣ ਪਰ ਇਸ ਉੱਤੇ ਕੰਮ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ ਪ੍ਰਵਾਸੀਆਂ ਨੂੰ ਘਰਾਂ ਦੀ ਕਮੀ ਦੇ ਲਈ ਜ਼ਿੰਮੇਵਾਰ ਦੱਸਦੇ ਹੋਏ ਹੁਣ ਤੱਕ ਕਈ ਐਲਾਨ ਕੀਤੇ ਜਾ ਚੁੱਕੇ ਨੇ, ਜਿੱਥੇ ਸਿਰਫ ਘਰਾਂ ਦੀ ਕਮੀ ਹੀ ਨਹੀਂ ਸਗੋਂ ਹੋਰ ਕਈ ਸਹੂਲਤਾਂ ਦੀ ਕਮੀ ਪੈਂਦੀ ਆ ਰਹੀ ਹੈ, ਜਿਸ ਵਿੱਚ ਸਿਹਤ ਸਿਸਟਮ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਕਿ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਪ੍ਰਵਾਸੀ ਕਾਮਿਆਂ ਦੀ ਹੀ ਕੈਨੇਡਾ ਭਰ ਵਿੱਚ ਭਰਤੀ ਵੀ ਕੀਤੀ ਜਾ ਰਹੀ ਹੈ। ਜੋ ਅੱਜ ਬਿਆਨ ਦਿੱਤਾ ਗਿਆ, ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕੈਨੇਡੀਅਨਸ ਨੂੰ ਅਜਿਹਾ ਸਿਸਟਮ ਚਾਹੀਦਾ ਜਿਸ ਦਾ ਕੋਈ ਮਤਲਬ ਬਣਦਾ ਹੋਵੇ, ਯਾਨੀ ਕਿ ਹੋ ਸਕਦਾ ਕਿ ਆਉਂਦੇ ਸਮੇਂ ਵਿੱਚ ਆਰਜ਼ੀ ਤੌਰ ਤੇ ਆਉਣ ਵਾਲੇ ਪ੍ਰਵਾਸੀਆਂ ਦਾ ਸਿਰਫ ਸਕਿਲਡ ਕੰਮਾਂ ਦੇ ਅਦਾਰਿਆਂ ਦੇ ਵਿੱਚ ਹੀ ਸਵਾਗਤ ਕੀਤਾ ਜਾਵੇ। ਇਸ ਸਮੇਂ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਆਪਣੇ ਬਿਆਨ ਵਿੱਚ ਇਹ ਤਾਂ ਸਥਾਈ ਬਣਾ ਦਿੱਤਾ ਗਿਆ ਕਿ ਹਜੇ ਅਜਿਹੀ ਕੋਈ ਵੀ ਰਣਨੀਤੀ ਦੇ ਉੱਤੇ ਕੰਮ ਨਹੀਂ ਹੋ ਰਿਹਾ ਕਿ ਕੋਈ ਅਜਿਹਾ ਐਲਾਨ ਕੀਤਾ ਜਾਵੇ ਕਿ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਜਿਨ੍ਹਾਂ ਦੇ ਵੱਲੋਂ ਲੰਮੇ ਚਿਰ ਤੋਂ ਇੱਕ ਉਮੀਦ ਦਾ ਪ੍ਰਗਟਾਵਾ ਤਾਂ ਕੀਤਾ ਜਾ ਰਿਹਾ ਸੀ ਪਰ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਹੁਣ ਪਾਣੀ ਫਿਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਜਿਹੜੇ ਯੋਗਤਾ ਨਹੀਂ ਰੱਖਦੇ ਉਹਨਾਂ ਨੂੰ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਕੈਨੇਡਾ ਤੋਂ ਚਲੇ ਜਾਣ ਵਾਸਤੇ ਵੀ ਲਗਾਤਾਰ ਇਸ ਸਮੇਂ ਕਹਿੰਦਾ ਆ ਰਿਹਾ। ਟੋਰੋਂਟੋ ਸਿਟੀ ਵਿੱਚ ਜੇਕਰ ਕੋਈ ਵੀ ਪਾਰਕਿੰਗ ਨਾਲ ਜੁੜੇ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਾਸਤੇ ਹੁਣ ਜੁਰਮਾਨਿਆਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਸਿਟੀ ਨੇ ਕਿਹਾ ਕਿ ਜੋ ਖਾਸ ਤੌਰ ਉੱਤੇ ਜ਼ਿਆਦਾ ਗੱਡੀਆਂ ਇੱਕ ਥਾਂ ਦੇ ਉੱਤੇ ਮੌਜੂਦ ਹੁੰਦੀਆਂ ਨੇ ਅਤੇ ਜਿਸ ਕਰਕੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਨਾਲ ਹੀ ਸੜਕਾਂ ਨੂੰ ਸੁਰੱਖਿਅਤ ਬਣਾਉਣ ਵਾਸਤੇ ਉਹਨਾਂ ਵੱਲੋਂ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ ਕਿ ਪਾਰਕਿੰਗ ਨਾਲ ਜੁੜੇ ਕਾਨੂੰਨ ਦੀ ਉਲੰਘਣਾ ਕਿਸੇ ਵੱਲੋਂ ਨਾ ਕੀਤੀ ਜਾਵੇ। ਵੱਖੋ ਵੱਖ 100 ਤੋਂ ਵੱਧ ਨਿਯਮ ਨੇ ਜਿਨ੍ਹਾਂ ਦੀ ਉਲੰਘਣਾ ਕੀਤੇ ਜਾਣ ਉੱਤੇ ਜੁਰਮਾਨੇ ਹੁੰਦੇ ਨੇ ਅਤੇ ਉਹਨਾਂ ਜੁਰਮਾਨਿਆਂ ਦੇ ਵਿੱਚ ਹੁਣ ਵਾਧਾ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸਿਟੀ ਦੇ ਵੱਲੋਂ ਦੱਸਿਆ ਗਿਆ ਕਿ 123 ਵੱਖੋ ਵੱਖ ਅਜਿਹੇ ਨਿਯਮ ਨੇ ਜਿਨ੍ਹਾਂ ਦੀ ਉਲੰਘਣਾ ਕੀਤੇ ਜਾਣ ਉੱਤੇ ਉਸਨੂੰ ਇਲੀਗਲ ਪਾਰਕਿੰਗ ਮੰਨਿਆ ਜਾਂਦਾ ਹੈ, ਜਿਸ ਵਿੱਚ ਕੁਝ ਸਮੇਂ ਵਾਸਤੇ ਤੁਸੀਂ ਜੇਕਰ ਗੱਡੀ ਖੜਾ ਕੇ ਵੀ ਰੱਖਦੇ ਹੋ ਡਰਾਈਵਰ ਸੀਟ ਦੇ ਉੱਤੇ ਆਪ ਵਿਅਕਤੀ ਬੈਠਾ ਵੀ ਕਿਉਂ ਨਾ ਹੋਵੇ ਤਾਂ ਅਜਿਹੇ ਵਿੱਚ ਵੀ ਉਸਨੂੰ ਜੁਰਮਾਨਾ ਹੋ ਸਕਦਾ ਹੈ ਤੇ ਅਜਿਹੇ ਜੁਰਮਾਨਿਆਂ ਦੇ ਵਿੱਚ ਹੁਣ ਵਾਧਾ ਕੀਤਾ ਜਾ ਰਿਹਾ ਹੈ। ਅਪ੍ਰੈਲ ਮਹੀਨੇ ਇਸ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਵਾਧਾ ਲਾਗੂ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਵੱਲੋਂ ਸਾਈਕਲ ਦੇ ਵਾਸਤੇ ਬਣਿਆ ਪਾਥ ਜਾਂ ਫਿਰ ਤੁਰਨ ਵਾਲਿਆਂ ਵਾਸਤੇ ਬਣਿਆ ਰਾਹ ਉੱਥੇ ਪਾਰਕਿੰਗ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਲਈ $200 ਫਾਈਨ ਹੈ, ਜਦਕਿ ਪਹਿਲਾਂ $60 ਹੀ ਫਾਈਨ ਸੀ ਅਜਿਹਿਆਂ ਵਾਸਤੇ। ਇੱਥੇ ਜ਼ਿਕਰਯੋਗ ਹੈ ਕਿ ਟੋਰੋਂਟੋ ਵਿੱਚ ਪਿਛਲੇ ਹਫ਼ਤੇ ਇੱਕ 24 ਦਾ ਸਾਈਕਲ 'ਤੇ ਜਾਣ ਵਾਲਾ ਨੌਜਵਾਨ ਜਿਸਦੀ ਕਿ ਡੰਪ ਟਰੱਕ ਨਾਲ ਟੱਕਰ ਹੋ ਗਈ ਸੀ ਅਤੇ ਨੌਜਵਾਨ ਨੇ ਦਮ ਤੋੜ ਦਿੱਤਾ ਸੀ, ਜਿਸ ਤੋਂ ਬਾਅਦ ਵੀ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਸੀ ਕਿ ਸੜਕਾਂ ਉੱਤੇ ਟ੍ਰੈਫਿਕ ਨੂੰ ਘੱਟ ਕਰਨ ਵਾਸਤੇ ਕਦਮ ਚੁੱਕੇ ਜਾਣ। ਅਤੇ ਇਸ ਮੌਕੇ ਉਦਾਹਰਣ ਦਿੰਦੇ ਹੋਏ ਵੀ ਇਸ ਸਮੇਂ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਅਜਿਹੇ ਹਾਦਸਿਆਂ ਦੀ ਗਿਣਤੀ ਘੱਟ ਹੋ ਸਕਦੀ ਹੈ ਕਿਉਂ ਜੋ ਜੁਰਮਾਨੇ ਜ਼ਿਆਦਾ ਵਧਾਏ ਜਾਣਗੇ ਤਾਂ ਲੋਕਾਂ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਘੱਟ ਕੀਤੀ ਜਾਵੇਗੀ। ਰੈਕਸਟੇਲ ਵਿੱਚ ਇੱਕ ਘਰ ਦੇ ਨਾਲ ਯੂ ਹੌਲ ਦਾ ਟਰੱਕ ਟਕਰਾ ਗਿਆ, ਜਿਸ ਕਰਕੇ ਕਾਫ਼ੀ ਨੁਕਸਾਨ ਹੋਇਆ ਘਰ ਦਾ ਕਿਉਂਕਿ ਟਰੱਕ ਘਰ ਦੇ ਅੰਦਰ ਹੀ ਚੱਲਿਆ ਗਿਆ, ਜਿੱਥੇ ਕਿ 2 ਜਣੇ ਜ਼ਖਮੀ ਵੀ ਹੋਏ ਨੇ। ਬਰੁਕਮੇਰ ਰੋਡ ਤੇ ਕਿਪਲਿੰਗ ਐਵੇਨਿਊ ਤੇ ਰੈਕਸਟੇਲ ਵਿੱਚ ਇਹ ਮਾਮਲਾ ਵੀਰਵਾਰ ਦੀ ਸ਼ਾਮ ਨੂੰ 7 ਵਜੇ ਸਾਹਮਣੇ ਆਇਆ, ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਇੱਕ ਯੂ ਹੌਲ ਟਰੱਕ ਦਾ ਡਰਾਈਵਰ ਤੇ ਇੱਕ ਵਿਅਕਤੀ ਜੋ ਘਰ ਵਿੱਚ ਮੌਜੂਦ ਸੀ, ਦੋਵੇਂ ਕਾਫ਼ੀ ਬੁਰੀ ਤਰ੍ਹਾਂ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਪਰ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਟੋਰਾਂਟੋ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਆਪ ਟਰੱਕ ਦੇ ਵਿੱਚੋਂ ਡਰਾਈਵਰ ਨੂੰ ਬਾਹਰ ਕੱਢਿਆ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਟੋਰਾਂਟੋ ਪੁਲਿਸ ਨੇ ਕਿਹਾ ਕਿ ਇਸ ਦੇ ਨਾਲ ਘਰ ਦਾ ਸਾਰਾ ਢਾਂਚਾ ਕਾਫੀ ਨੁਕਸਾਨਿਆ ਗਿਆ। ਜੋ ਐਮਰਜੈਂਸੀ ਟੀਮ ਮੌਕੇ ਦੇ ਉੱਤੇ ਪਹੁੰਚੀ ਸੀ, ਉਹਨਾਂ ਨੇ ਤੁਰੰਤ ਗੈਸ ਲਾਈਨ ਨੂੰ ਬੰਦ ਕੀਤਾ ਤਾਂ ਕਿ ਸੁਰੱਖਿਆ ਸਥਾਈ ਬਣਾਈ ਜਾ ਸਕੇ। ਖੇਤਰ ਵਿੱਚ ਹਾਦਸੇ ਦੇ ਕਾਰਨ ਦੀ ਹਜੇ ਜਾਂਚ ਕੀਤੀ ਜਾ ਰਹੀ ਹੈ। ਰਜਾਇਨਾ ਵਿੱਚ ਰਹਿਣ ਵਾਲੇ ਇੱਕ ਸਾਬਕਾ ਪਾਦਰੀ ਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ। ਜਿਣਸੀ ਸ਼ੋਸ਼ਣ ਨਾਲ ਜੁੜਿਆ ਇਹ ਕੇਸ ਦਰਜ ਕੀਤਾ ਗਿਆ ਹੈ, ਜਿਸ ਉੱਤੇ ਇਲਜ਼ਾਮ ਨੇ ਕਿ ਉਸਨੇ ਹੁਣ ਤੋਂ ਕਰੀਬ 50 ਸਾਲ ਪਹਿਲਾਂ ਮੈਨੀਟੋਬਾ ਵਿੱਚ ਇੱਕ ਬੱਚੀ ਨਾਲ ਜਿਣਸੀ ਸ਼ੋਸ਼ਣ ਕੀਤਾ ਸੀ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਉਸ ਸਮੇਂ ਸ਼ੁਰੂ ਕੀਤੀ ਜਦੋਂ ਸਾਲ 2022 ਵਿੱਚ ਉਹਨਾਂ ਨੇ ਇੱਕ ਔਰਤ ਨੇ ਸ਼ਿਕਾਇਤ ਕੀਤੀ, ਜੋ ਔਰਤ ਇਸ ਸਮੇਂ ਕਰੀਬ 60 ਸਾਲ ਦੀ ਹੋ ਚੁੱਕੀ ਹੈ, ਜਿਸ ਨੇ ਸ਼ਿਕਾਇਤ ਕੀਤੀ ਕਿ ਉਸਦੇ ਨਾਲ ਜਿਣਸੀ ਸ਼ੋਸ਼ਣ ਕੀਤਾ ਗਿਆ ਕਰੀਬ 2 ਸਾਲ ਵਾਸਤੇ 1970 ਦੇ ਸਾਲ ਦੇ ਨੇੜੇ, ਜਦੋਂ ਉਹ 11 ਤੇ 12 ਸਾਲ ਦੀ ਸੀ। ਜਿਸ ਨੇ ਕਿਹਾ ਕਿ ਸੈਂਟ ਐਲੀਜ਼ਾ ਰੋਮੇਨੀਅਨ ਔਰਥੋਡੌਕਸ ਚਰਚ, ਜੋ ਕਿ ਲੈਨਾਰਡ ਵਿੱਚ ਹੈ, ਸਸਕੈਚਵਨ ਬਾਉਂਡਰੀ ਦੇ ਨਾਲ, ਉੱਥੇ ਉਸਦੇ ਨਾਲ ਅਜਿਹਾ ਹੋਇਆ। ਜਦੋਂ ਉਹ ਛੋਟੀ ਸੀ ਕਾਫੀ, ਤੇ ਉੱਥੇ ਕੰਮ ਕਰਦੇ ਪਾਦਰੀ ਦੇ ਵੱਲੋਂ ਉਸਦੇ ਨਾਲ ਜਿਣਸੀ ਸ਼ੋਸ਼ਣ ਕੀਤਾ ਗਿਆ, ਜੋ 2 ਸਾਲ ਬੱਚੀ ਨਾਲ ਅਜਿਹਾ ਕਰਦਾ ਰਿਹਾ, ਜਿਸ ਦੀ ਕਿ ਲਗਾਤਾਰ ਜਾਂਚ ਚੱਲ ਰਹੀ ਸੀ ਤੇ ਹੁਣ ਉਸ ਉੱਤੇ ਕੇਸ ਦਰਜ ਕਰ ਦਿੱਤੇ ਗਏ ਨੇ। ਪੁਲਿਸ ਨੇ ਕਿਹਾ ਕਿ ਕਈਆਂ ਤੋਂ ਪੁੱਛਗਿੱਛ ਕੀਤੀ ਗਈ, ਚਰਚ ਦੇ ਰਿਕਾਰਡ ਵੀ ਦੇਖੇ ਗਏ, ਤੇ ਜਿਸ ਤੋਂ ਬਾਅਦ ਹੀ ਕਾਫੀ ਸਬੂਤ ਇਕੱਠੇ ਕੀਤੇ ਜਾਣ ਤੋਂ ਬਾਅਦ ਸਾਬਕਾ ਪਾਦਰੀ ਦੇ ਉੱਤੇ ਕੇਸ ਦਰਜ ਕੀਤੇ ਗਏ ਨੇ, ਜੋ ਕਿ ਹੁਣ 81 ਸਾਲ ਦਾ ਹੋ ਚੁੱਕਿਆ ਹੈ, ਜਿਸ ਦਾ ਨਾਮ ਕੌਂਸਟੈਂਟਿਨ ਟਰਕੋਨੇ ਹੈ, ਜਿਸ ਨੇ ਕਿ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਤੇ ਉਸਨੂੰ ਫਿਲਹਾਲ ਹਿਰਾਸਤ ਦੇ ਵਿੱਚੋਂ ਛੱਡ ਦਿੱਤਾ ਗਿਆ ਹੈ ਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਉੱਤੇ ਰੇਪ ਤੇ ਨਾਲ ਹੀ ਸੈਕਸੁਅਲ ਇੰਟਰਕੋਰਸ ਨਾਲ ਜੁੜੇ ਕੇਸ ਦਰਜ ਕੀਤੇ ਗਏ ਨੇ 14 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਲ, ਜਿਸ ਨੂੰ ਕਿ ਬੇਹੱਦ ਗੰਭੀਰ ਮਾਮਲਿਆਂ ਵਿੱਚ ਮੰਨਿਆ ਜਾਂਦਾ ਹੈ। ਪ੍ਰਿੰਸ ਜਾਰਜ ਵਿੱਚ ਰਾਤ ਦੇ ਸਮੇਂ ਸੈੱਲ ਫੋਨ ਟਾਵਰ ਵਿੱਚ ਦਾਖਲ ਹੋਣ ਤੇ ਚੋਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪ੍ਰਿੰਸ ਜਾਰਜ ਵਿੱਚ ਪੁਲਿਸ ਇੱਕ ਵਿਅਕਤੀ ਨੂੰ ਲੱਭ ਰਹੀ ਹੈ ਤੇ ਪੁਲਿਸ ਨੇ ਵਾਹਨ ਦੀਆਂ ਇਹ 2 ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਜੋ ਕਿ ਸ਼ੱਕੀ ਵਿਅਕਤੀ ਚਲਾ ਰਿਹਾ ਸੀ, ਜੋ ਕਿ ਟਾਵਰ ਵਿੱਚ ਦਾਖਲ ਹੋਇਆ, ਜਿਸ ਦੇ ਬਾਰੇ ਪੁਲਿਸ ਵਾਲਿਆਂ ਨੇ ਕਿਹਾ ਕਿ 23 ਜੁਲਾਈ ਦਾ ਮਾਮਲਾ ਹੈ, ਜਦੋਂ ਸਵੇਰੇ 3:30 ਵਜੇ ਤੋਂ 4:30 ਵਜੇ ਦੇ ਦਰਮਿਆਨ ਮੈਕਬ੍ਰਾਈਡ ਟਿੰਬਰ ਰੋਡ ਸਾਊਥ ਦੇ ਉੱਤੇ ਇਹ ਵਾਪਰਿਆ। 2 ਤਸਵੀਰਾਂ ਇਸ ਵਾਹਨ ਦੀਆਂ ਸਾਂਝੀਆਂ ਕੀਤੀਆਂ ਗਈਆਂ ਨੇ। ਪੁਰਾਣੇ ਮਾਡਲ ਦਾ ਪਿਕਅਪ ਟਰੱਕ ਹੈ, ਜਿਸ ਦੇ ਬਾਰੇ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਪ੍ਰਿੰਸ ਜਾਰਜ RCMP ਨਾਲ ਤੁਰੰਤ ਜ਼ਰੂਰ ਸੰਪਰਕ ਕੀਤਾ ਜਾਵੇ, ਜਿਸ ਦੇ ਲਈ ਨੋਨ ਐਮਰਜੈਂਸੀ ਲਾਈਨ 2505613300 ਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਟੋਰਾਂਟੋ ਵਿੱਚ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਉੱਤੇ 100 ਤੋਂ ਵੱਧ ਕੇਸ ਦਰਜ ਕੀਤੇ ਗਏ ਨੇ, ਜੋ ਕਿ ਕੈਨੇਡਾ ਭਰ ਵਿੱਚ ਇੱਕ ਸਿਮ ਸਵੈਪ ਸਕੈਮ ਚਲਾ ਰਹੇ ਸਨ। ਟੋਰਾਂਟੋ ਪੁਲਿਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਕਿਹਾ ਕਿ 1500 ਤੋਂ ਵੱਧ ਸੈਲੂਲਰ ਅਕਾਊਂਟ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ, ਜਿਨ੍ਹਾਂ ਦੀ ਜਾਣਕਾਰੀ ਚੋਰੀ ਕਰਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ। ਕੈਨੇਡਾ ਭਰ ਵਿੱਚ ਕਰੀਬ 1500 ਖਾਤਿਆਂ ਦੀ ਜਾਣਕਾਰੀ ਕੁਝ ਇਸ ਤਰ੍ਹਾਂ ਲਈ ਗਈ, ਜਿਸ ਵਿੱਚ $10,00,000 ਤੋਂ ਵੱਧ ਲੁੱਟਿਆ ਗਿਆ ਤੇ ਪੀੜਤਾਂ ਵਿੱਚ ਨਾ ਸਿਰਫ ਆਮ ਲੋਕ ਸ਼ਾਮਲ ਨੇ, ਸਗੋਂ ਟੈਲੀਕਾਮ ਕੰਪਨੀਆਂ ਤੇ ਬੈਂਕ ਵੀ ਸ਼ਾਮਲ ਨੇ। ਜਿਸ ਦੇ ਬਾਰੇ ਟੋਰਾਂਟੋ ਪੁਲਿਸ ਤੋਂ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਸਿਮ ਸਵੈਪ ਸਕੈਮ ਹੈ, ਉਸ ਦੇ ਵਿੱਚ ਇਹ ਹੈ ਕਿ ਜਾਂ ਤਾਂ ਜੋ ਅਜਿਹਾ ਗਲਤ ਕੰਮ ਕਰਨ ਵਾਲੇ ਨੇ ਉਹ ਟੈਲੀਕਾਮ ਕੰਪਨੀ ਨੂੰ ਫੋਨ ਕਰਕੇ ਇਹ ਯਕੀਨ ਦਿਵਾ ਦਿੰਦੇ ਨੇ ਕਿ ਉਹਨਾਂ ਦਾ ਸਿਮ ਬਦਲ ਗਿਆ ਹੈ ਤੇ ਉਹ ਹੋਰ ਸਿਮ ਦੇ ਉੱਤੇ ਨੰਬਰ ਨੂੰ ਟ੍ਰਾਂਸਫਰ ਕਰਵਾ ਲੈਂਦੇ ਨੇ, ਜਾਂ ਫਿਰ ਉਹ ਗ੍ਰਾਹਕ ਨੂੰ ਹੀ ਮੂਰਖ ਬਣਾ ਦਿੰਦੇ ਨੇ ਜਿਹੜਾ ਪੀੜਤ ਹੈ, ਜਿਸ ਦਾ ਸਿਮ ਉਹ ਬਦਲਦੇ ਨੇ, ਜਿਸ ਤੋਂ ਬਾਅਦ ਜਦੋਂ ਉਹਨਾਂ ਦੇ ਕੋਲ ਉਹ ਨੰਬਰ ਆ ਜਾਂਦਾ ਹੈ ਤਾਂ ਜੋ ਪੀੜਤ ਹੈ
ਉਸਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਨਾਲ ਹੀ ਉਸਦੇ ਬੈਂਕ ਖਾਤੇ ਦੇ OTP ਉਸ ਨੰਬਰ ਦੇ ਉੱਤੇ ਮੰਗਵਾ ਕੇ ਸਾਰੀ ਜਾਣਕਾਰੀ ਚੋਰੀ ਕਰ ਲੈਂਦੇ ਨੇ ਤੇ ਨਾਲ ਹੀ ਉਹਨਾਂ ਦੀ ਰਕਮ ਲੁੱਟ ਲੈਂਦੇ ਨੇ। ਤੇ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਸਨ ਕੈਨੇਡਾ ਭਰ ਦੇ ਵਿੱਚ, ਜਿਸ ਤੋਂ ਬਾਅਦ ਹੁਣ 10 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਪੁਲਿਸ ਨੇ ਕਿਹਾ ਕਿ ਨਾ ਸਿਰਫ 10 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ, ਸਗੋਂ 400 ਤੋਂ ਵੱਧ ਜਾਲੀ IDs ਵੀ ਬਰਾਮਦ ਕੀਤੀਆਂ ਗਈਆਂ ਨੇ ਜਦੋਂ ਇਹਨਾਂ ਨੇ ਵੱਖੋ ਵੱਖ ਥਾਵਾਂ ਉੱਤੇ ਸਰਚ ਵਾਰੰਟ ਕੱਢੇ ਤੇ ਛਾਪੇਮਾਰੀਆਂ ਕੀਤੀਆਂ, ਜੋ ਕਿ ਜੂਨ ਮਹੀਨੇ 2023 ਦੇ ਵਿੱਚ ਇਸਦੀ ਸ਼ੁਰੂਆਤ ਕੀਤੀ ਗਈ ਸੀ, ਜਦੋਂ ਪ੍ਰੋਜੈਕਟ ਡਿਸਟਰਪਟ ਸ਼ੁਰੂ ਕੀਤਾ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਵਾਸਤੇ, ਜਿਨ੍ਹਾਂ ਕਿਹਾ ਕਿ ਉਹ ਸਾਈਬਰ ਸੈਂਟਰ ਯੂਨਿਟ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਮ ਸਵੈਪ ਸਕੈਮ ਅਜਿਹਾ ਸਕੈਮ ਹੈ ਜਿਸ ਦੀ ਕਿ ਜ਼ਿਆਦਾ ਪੁਲਿਸ ਦੇ ਕੋਲ ਰਿਪੋਰਟ ਵੀ ਨਹੀਂ ਕੀਤੀ ਜਾਂਦੀ, ਕਿਉਂਕਿ ਜਦੋਂ ਤੱਕ ਪੀੜਤ ਨੂੰ ਅਹਿਸਾਸ ਹੁੰਦਾ ਕਿ ਉਸਦੇ ਨਾਲ ਇੰਨਾ ਵੱਡਾ ਸਕੈਮ ਹੋ ਚੁੱਕਿਆ, ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ, ਕਿਉਂਕਿ ਪੀੜਤਾਂ ਨੂੰ ਲੱਗਦਾ ਕਿ ਉਹਨਾਂ ਦੇ ਫੋਨ ਦੇ ਉੱਤੇ ਸਿਰਫ SOS ਲਿਖਿਆ ਹੋਇਆ ਆ ਰਿਹਾ ਹੈ, ਉੱਪਰ ਸਿਗਨਲ ਨਹੀਂ ਆ ਰਿਹਾ, ਸ਼ਾਇਦ ਕੁਝ ਸਮੇਂ ਵਾਸਤੇ ਉਹਨਾਂ ਦਾ ਸਿਮ ਬੰਦ ਹੋਇਆ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਉਹਨਾਂ ਦਾ ਨੰਬਰ ਕਿਸੇ ਹੋਰ ਨੇ ਆਪਣੇ ਸਿਮ ਉੱਤੇ ਟ੍ਰਾਂਸਫਰ ਕਰਵਾ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕਰਕੇ ਵੀ ਨਹੀਂ ਪਤਾ ਲੱਗਦਾ ਕਿਉਂਕਿ ਇਹ ਆਰਜ਼ੀ ਤੌਰ ਉੱਤੇ ਕੁਝ ਸਮੇਂ ਵਾਸਤੇ ਟ੍ਰਾਂਸਫਰ ਹੁੰਦਾ ਨੰਬਰ, ਤੇ ਜਦੋਂ ਉਹ ਸਕੈਮ ਕਰ ਲੈਂਦੇ ਨੇ ਤਾਂ ਜਦੋਂ ਉੱਧਰ ਉਹ ਨੰਬਰ ਬੰਦ ਕਰ ਦਿੰਦੇ ਨੇ ਤਾਂ ਦੁਬਾਰਾ ਤੋਂ ਸਵਿੱਚ ਹੋ ਜਾਂਦਾ ਹੈ ਪੀੜਤ ਦੇ ਫੋਨ ਉੱਤੇ ਨੰਬਰ, ਤੇ ਪੀੜਤ ਨੂੰ ਪਤਾ ਵੀ ਨਹੀਂ ਲੱਗਦਾ, ਪਰ ਉਦੋਂ ਤੱਕ ਉਹਨਾਂ ਦੇ ਬੈਂਕ ਖਾਤੇ 'ਚੋਂ ਰਕਮ ਜਾ ਚੁੱਕੀ ਹੁੰਦੀ ਹੈ, ਜੋ ਕਿ ਕ੍ਰਿਪਟੋ ਕਰੰਸੀ ਰਾਹੀਂ ਕ੍ਰਿਪਟੋ ਅਕਾਊਂਟਸ ਦੇ ਵਿੱਚ ਭੇਜੀ ਜਾਂਦੀ ਹੈ, ਜਿਨ੍ਹਾਂ ਨੂੰ ਟਰੈਕ ਕਰਨਾ ਵੀ ਬੇਹੱਦ ਮੁਸ਼ਕਲ ਹੈ। ਤੇ ਹੁਣ ਇਹ ਫਰੌਡ ਕਰਨ ਵਾਲੇ ਕਈ ਵਿਅਕਤੀ ਜੋ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਤਾਂ ਕੀਤਾ, ਜਿਨ੍ਹਾਂ ਤੋਂ ਅੱਗੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਅੱਗੇ ਹੋਰ ਜਾਣਕਾਰੀ ਹਾਸਲ ਕਰਨ ਵਾਸਤੇ। Project Disrupt has resulted in 10 arrests and 108 charges laid. To begin with, I'd like to explain what a SIM swap scam is. A SIM swap scam is a type of account takeover fraud that generally targets a weakness in two-factor authentication and two-step verification. As you likely know, this is where the second factor or step is a text message or call placed to a mobile telephone. In this scheme, individuals compromise an unsuspecting victim's cell phone by switching the SIM card associated with the account.